सत श्री अकाल, तुसीं वेख रहे हो दैनिक सवेरा टीवी। मैं हाँ नीरू पिछलवान। असी इस वेले मौजूद ने नंगल दे विचकार, जिथे अज मैगा पीटीएम हुई है, पेरेंट टीचर मीटिंग हुई है। कुछ इत्थे जे वसनीक साडे नाल मौजूद ने। तुसीं कदे देखिया सीएम जो कोई सरकारी स्कूलां दे विचकार आए पीटीएम करवाए? नहीं, ये तो पहली बार होया मेरे साथ, काफी टाइम हो गया। स्कूल ऑफ एमिनेंस दी शुरुआत हुई है, लगदा कि स्कूलां दी नुहार बदल सकदी है? प्राइवेट स्कूलां तों भी बेहतर सरकारी स्कूल हो सकदे ने? हो सकदे, उह तां मैं कहा हो ही रहे हुण तां ਹੋਈ ਰਿਹਾ, ਦਿਖ ਰਿਹਾ, ਕਿਉਂਕਿ ਪਹਿਲਾਂ ਇੱਦਾਂ ਦੀਆਂ ਕਦੀ ਓਪਰਚੁਨਿਟੀਆਂ ਸਕੂਲਾਂ ਨੂੰ ਮਿਲੀਆਂ ਨਹੀਂ। ਹੁਣ ਕਾਫੀ ਸਾਰਾ ਕੁਛ ਸਕੂਲਾਂ ਦਾ ਸੁਧਾਰ ਹੋ ਰਿਹਾ ਪਹਿਲਾਂ ਨਾਲੋਂ, ਕਿਉਂਕਿ ਆਪਾਂ ਵੀ ਇਹੀ ਸਕੂਲ 'ਚ ਪੜ੍ਹੇ ਹੈ ਜਿਸ ਸਕੂਲ 'ਚ ਹੁਣ ਆਏ ਹੈ ਗੁਆਤਮਾ ਜੀ, ਅਤੇ ਠੀਕ ਹੈ ਹੁਣ, ਮਤਲਬ ਕਿ ਕਾਫੀ ਬਦਲ ਗਿਆ ਪਹਿਲਾਂ ਨਾਲੋਂ। ਅੱਛਾ, ਕੀ ਬਦਲਾਅ ਵੈਸੇ ਤੁਸੀਂ ਮਹਿਸੂਸ ਕੀਤੇ ਨੇ? ਕਿਉਂਕਿ ਪਹਿਲੇ ਜੋ ਸਰਕਾਰੀ ਸਕੂਲ ਨੂੰ ਕਹਿੰਦੇ ਨੀਚੇ ਬੈਠਦੇ ਸੀ ਬੱਚੇ, ਟਰਾਂਸਪੋਰਟੇਸ਼ਨ ਹੀ ਸੀ, ਸਕੂਲ ਦੀ ਯੂਨੀਫਾਰਮ ਬਹੁਤ ਚੇਂਜ ਹੋ ਗਿਆ ਸੀ। ਅਸੀਂ ਖੁਦ ਇੱਦੀ ਕੱਢੇ ਬੈਠੇ ਪਹਿਲਾਂ ਬੜਾ ਸਕੂਲ ਦਾ, ਹੁਣ ਤਾਂ ਆਪਾਂ ਹੁਣ ਪਰਸ ਥੋੜ੍ਹੇ ਦਿਨ ਪਹਿਲਾਂ ਜਾ ਕੇ ਆਇਆ, ਸਕੂਲ ਬਹੁਤ ਚੇਂਜ ਹੋ ਗਿਆ। ਅੰਦਰ ਚਾਹੇ ਉਹਦਾ ਫਰਨੀਚਰ ਲੈ ਲਓ ਜਾਂ ਵੈਸੇ ਪੂਰਾ ਲੈ ਲਓ ਸਕੂਲ, ਐਨ ਮਤਲਬ ਕਿ ਪ੍ਰਾਈਵੇਟ ਸਕੂਲ 'ਚ ਤਾਂ ਦੇਖਣ ਨੂੰ ਮਿਲਦੇ ਸੀ ਨਾ ਪਹਿਲਾਂ, ਹੁਣ ਸੇਮ ਉੱਦਾਂ ਦੇ ਹੀ ਲੱਗਦੇ ਸਰਕਾਰੀ ਸਕੂਲ। ਅੰਕਲ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਸਿੱਖਿਆ ਕ੍ਰਾਂਤੀ ਦੇ ਨਾਲ ਲੱਗਦਾ ਕਿ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਵਧੀਆ ਹੋ ਗਿਆ? ਪ੍ਰਾਈਵੇਟ ਸਕੂਲਾਂ ਦੇ ਵਾਂਗ ਜੇ ਹੈ ਇੱਥੇ ਸਭ ਕੁਝ ਮਿਲ ਰਿਹਾ? ਹਾਂਜੀ, ਵਧੀਆ ਲੱਗ ਰਿਹਾ ਜੀ। ਹਾਂਜੀ, ਅੱਛਾ ਤਾਂ ਗੱਲ ਕੀਤੀ ਜਾਵੇ, ਕਿਉਂਕਿ ਸਕੂਲਾਂ ਦੀ ਆਪਾਂ ਜਦ ਗੱਲ ਕਰਦੇ ਨੇ, ਤੁਹਾਨੂੰ ਲੱਗਦਾ ਇੰਫਰਾਸਟ੍ਰਕਚਰ ਤਾਂ ਚੇਂਜ ਕਰ ਰਹੇ, ਕੁਝ ਹੋਰ ਚੇਂਜਸ ਵੀ ਹੋਣੇ ਚਾਹੀਦੇ ਨੇ? ਹਾਂਜੀ, ਹੋਣੇ ਚਾਹੀਦੇ ਜ਼ਰੂਰ ਜੀ। ਕੀ ਲੱਗਦਾ ਕੀ ਚੇਂਜਸ ਹੋਰ ਆ ਸਕਦੇ ਨੇ ਆਉਣ ਵਾਲੇ ਦਿਨਾਂ ਵਿੱਚ? ਬਸ ਚੇਂਜਸ ਤਾਂ ਹੁਣ ਕੁਛ ਨਹੀਂ ਹੈ, ਬਸ ਥੋੜ੍ਹਾ ਜਿਹਾ ਰੁਜ਼ਗਾਰ ਕੰਮ ਕਾਰ ਦਾ ਥੋੜ੍ਹਾ ਜਿਹਾ ਹੈਗਾ ਇਸ਼ੂ, ਥੋੜ੍ਹਾ ਜਿਹਾ ਉਹ ਹੋ ਜਾਵੇ ਚੇਂਜ, ਬਾਕੀ ਤਾਂ ਪੰਜਾਬ ਫਿਰ ਸੈੱਟ ਹੀ ਹੈ। ਹਾਂਜੀ, ਬਸ ਥੋੜ੍ਹਾ ਜਿਹਾ ਰੁਜ਼ਗਾਰ ਦੇ ਚੱਕਰ 'ਚ ਥੋੜ੍ਹਾ ਜਿਹਾ ਹੈਗਾ ਜੀ ਇਸ਼ੂ ਇੰਪਲੋਇਮੈਂਟ ਦਾ, ਜਿਸ ਦਿਨ ਉਹ ਹੋ ਗਿਆ ਫਿਰ ਤਾਂ ਪੰਜਾਬ ਇੱਕ ਨੰਬਰ 'ਤੇ ਹੋਏਗੀ ਸਟੇਟ ਫਿਰ। ਇਹ ਸਾਡੇ ਨਾਲ ਇੱਥੇ ਦੇ ਵਸਨੀਕ ਗੱਲ ਕਰ ਰਹੇ ਸੀ, ਕਹਿੰਦੇ ਕਿ ਸਿੱਖਿਆ ਦੀ ਕ੍ਰਾਂਤੀ ਤਾਂ ਹੋ ਰਹੀ ਹੈ ਲੇਕਿਨ ਰੋਜ਼ਗਾਰ ਮੁਹੱਈਆ ਕਰਾਉਣਾ ਵੀ ਜੇ ਹੈ ਬਹੁਤ ਜ਼ਰੂਰੀ ਹੈ, ਅਤੇ ਉਸਦੇ ਲਈ ਜੇ ਹੈ ਕੰਮ ਕਰਨਾ ਪੰਜਾਬ ਸਰਕਾਰ ਨੂੰ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਪਿਛਲਵਾਨ। ਅਸੀਂ ਇਸ ਵੇਲੇ ਮੌਜੂਦ ਨੇ ਨੰਗਲ ਦੇ ਵਿਚਕਾਰ, ਜਿੱਥੇ ਅੱਜ ਮੈਗਾ ਪੀਟੀਐਮ ਹੋਈ ਹੈ, ਪੇਰੈਂਟ ਟੀਚਰ ਮੀਟਿੰਗ ਹੋਈ ਹੈ। ਕੁਛ ਇੱਥੇ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ। ਤੁਸੀਂ ਕਦੇ ਦੇਖਿਆ ਸੀਐਮ ਜੋ ਕੋਈ ਸਰਕਾਰੀ ਸਕੂਲਾਂ ਦੇ ਵਿਚਕਾਰ ਆਏ ਪੀਟੀਐਮ ਕਰਵਾਏ? ਨਹੀਂ, ਇਹ ਤਾਂ ਪਹਿਲੀ ਵਾਰ ਹੋਇਆ ਮੇਰੇ ਸਾਥ, ਕਾਫੀ ਟਾਈਮ ਹੋ ਗਿਆ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋਈ ਹੈ, ਲੱਗਦਾ ਕਿ ਸਕੂਲਾਂ ਦੀ ਨੁਹਾਰ ਬਦਲ ਸਕਦੀ ਹੈ? ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਸਰਕਾਰੀ ਸਕੂਲ ਹੋ ਸਕਦੇ ਨੇ? ਹੋ ਸਕਦੇ, ਉਹ ਤਾਂ ਮੈਂ ਕਿਹਾ ਹੋ ਹੀ ਰਿਹਾ ਹੁਣ ਤਾਂ, ਹੋ ਹੀ ਰਿਹਾ, ਦਿਖ ਰਿਹਾ, ਕਿਉਂਕਿ ਪਹਿਲਾਂ ਇੱਦਾਂ ਦੀਆਂ ਕਦੀ ਓਪਰਚੁਨਿਟੀਆਂ ਸਕੂਲਾਂ ਨੂੰ ਮਿਲੀਆਂ ਨਹੀਂ। ਹੁਣ ਕਾਫੀ ਸਾਰਾ ਕੁਛ ਸਕੂਲਾਂ ਦਾ ਸੁਧਾਰ ਹੋ ਰਿਹਾ ਪਹਿਲਾਂ ਨਾਲੋਂ, ਕਿਉਂਕਿ ਆਪਾਂ ਵੀ ਇਹੀ ਸਕੂਲ 'ਚ ਪੜ੍ਹੇ ਹੈ ਜਿਸ ਸਕੂਲ 'ਚ ਹੁਣ ਆਏ ਹੈ ਗੁਆਤਮਾ ਜੀ, ਅਤੇ ਠੀਕ ਹੈ ਹੁਣ, ਮਤਲਬ ਕਿ ਕਾਫੀ ਬਦਲ ਗਿਆ ਪਹਿਲਾਂ ਨਾਲੋਂ। ਕੀ ਬਦਲਾਅ ਵੈਸੇ ਤੁਸੀਂ ਮਹਿਸੂਸ ਕੀਤੇ ਨੇ? ਕਿਉਂਕਿ ਪਹਿਲੇ ਜੋ ਸਰਕਾਰੀ ਸਕੂਲ ਨੂੰ ਕਹਿੰਦੇ ਨੀਚੇ ਬੈਠਦੇ ਸੀ ਬੱਚੇ, ਟਰਾਂਸਪੋਰਟੇਸ਼ਨ ਹੀ ਸੀ, ਸਕੂਲ ਦੀ ਯੂਨੀਫਾਰਮ ਬਹੁਤ ਚੇਂਜ ਹੋ ਗਿਆ ਸੀ। ਅਸੀਂ ਖੁਦ ਇੱਦੀ ਕੱਢੇ ਬੈਠੇ ਪਹਿਲਾਂ ਬੜਾ ਸਕੂਲ ਦਾ, ਹੁਣ ਤਾਂ ਆਪਾਂ ਹੁਣ ਪਰਸ ਥੋੜ੍ਹੇ ਦਿਨ ਪਹਿਲਾਂ ਜਾ ਕੇ ਆਇਆ, ਸਕੂਲ ਬਹੁਤ ਚੇਂਜ ਹੋ ਗਿਆ। ਅੰਦਰ ਚਾਹੇ ਉਹਦਾ ਫਰਨੀਚਰ ਲੈ ਲਓ ਜਾਂ ਵੈਸੇ ਪੂਰਾ ਲੈ ਲਓ ਸਕੂਲ, ਐਨ ਮਤਲਬ ਕਿ ਪ੍ਰਾਈਵੇਟ ਸਕੂਲ 'ਚ ਤਾਂ ਦੇਖਣ ਨੂੰ ਮਿਲਦੇ ਸੀ ਨਾ ਪਹਿਲਾਂ, ਹੁਣ ਸੇਮ ਉੱਦਾਂ ਦੇ ਹੀ ਲੱਗਦੇ ਸਰਕਾਰੀ ਸਕੂਲ। ਅੰਕਲ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਸਿੱਖਿਆ ਕ੍ਰਾਂਤੀ ਦੇ ਨਾਲ ਲੱਗਦਾ ਕਿ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਵਧੀਆ ਹੋ ਗਿਆ? ਪ੍ਰਾਈਵੇਟ ਸਕੂਲਾਂ ਦੇ ਵਾਂਗ ਜੇ ਹੈ ਇੱਥੇ ਸਭ ਕੁਝ ਮਿਲ ਰਿਹਾ? ਹਾਂਜੀ, ਵਧੀਆ ਲੱਗ ਰਿਹਾ ਜੀ। ਹਾਂਜੀ, ਅੱਛਾ ਤਾਂ ਗੱਲ ਕੀਤੀ ਜਾਵੇ, ਕਿਉਂਕਿ ਸਕੂਲਾਂ ਦੀ ਆਪਾਂ ਜਦ ਗੱਲ ਕਰਦੇ ਨੇ, ਤੁਹਾਨੂੰ ਲੱਗਦਾ ਇੰਫਰਾਸਟ੍ਰਕਚਰ ਤਾਂ ਚੇਂਜ ਕਰ ਰਹੇ, ਕੁਝ ਹੋਰ ਚੇਂਜਸ ਵੀ ਹੋਣੇ ਚਾਹੀਦੇ ਨੇ? ਹਾਂਜੀ, ਹੋਣੇ ਚਾਹੀਦੇ ਜ਼ਰੂਰ ਜੀ। ਕੀ ਲੱਗਦਾ ਕੀ ਚੇਂਜਸ ਹੋਰ ਆ ਸਕਦੇ ਨੇ ਆਉਣ ਵਾਲੇ ਦਿਨਾਂ ਵਿੱਚ? ਬਸ ਚੇਂਜਸ ਤਾਂ ਹੁਣ ਕੁਛ ਨਹੀਂ ਹੈ, ਬਸ ਥੋੜ੍ਹਾ ਜਿਹਾ ਰੁਜ਼ਗਾਰ ਕੰਮ ਕਾਰ ਦਾ ਥੋੜ੍ਹਾ ਜਿਹਾ ਹੈਗਾ ਇਸ਼ੂ, ਥੋੜ੍ਹਾ ਜਿਹਾ ਉਹ ਹੋ ਜਾਵੇ ਚੇਂਜ, ਬਾਕੀ ਤਾਂ ਪੰਜਾਬ ਫਿਰ ਸੈੱਟ ਹੀ ਹੈ। ਹਾਂਜੀ, ਬਸ ਥੋੜ੍ਹਾ ਜਿਹਾ ਰੁਜ਼ਗਾਰ ਦੇ ਚੱਕਰ 'ਚ ਥੋੜ੍ਹਾ ਜਿਹਾ ਹੈਗਾ ਜੀ ਇਸ਼ੂ ਇੰਪਲੋਇਮੈਂਟ ਦਾ, ਜਿਸ ਦਿਨ ਉਹ ਹੋ ਗਿਆ ਫਿਰ ਤਾਂ ਪੰਜਾਬ ਇੱਕ ਨੰਬਰ 'ਤੇ ਹੋਏਗੀ ਸਟੇਟ ਫਿਰ। ਇਹ ਸਾਡੇ ਨਾਲ ਇੱਥੇ ਦੇ ਵਸਨੀਕ ਗੱਲ ਕਰ ਰਹੇ ਸੀ, ਕਹਿੰਦੇ ਕਿ ਸਿੱਖਿਆ ਦੀ ਕ੍ਰਾਂਤੀ ਤਾਂ ਹੋ ਰਹੀ ਹੈ ਲੇਕਿਨ ਰੋਜ਼ਗਾਰ ਮੁਹੱਈਆ ਕਰਾਉਣਾ ਵੀ ਜੇ ਹੈ ਬਹੁਤ ਜ਼ਰੂਰੀ ਹੈ, ਅਤੇ ਉਸਦੇ ਲਈ ਜੇ ਹੈ ਕੰਮ ਕਰਨਾ ਪੰਜਾਬ ਸਰਕਾਰ ਨੂੰ ਚਾਹੀਦਾ। ਕੈਮਰਾਮੈਨ ਗਣੇਸ਼ ਦੇ ਨਾਲ ਨੀਰੂ ਪਿਛਲਵਾਨ, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।